केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਾਇਕਗਿਰੀ ਸ਼ਾਇਦ ਜਲੰਧਰ ਦੇ ਵਿਧਾਇਕਾਂ ਨੂੰ ਰਾਸ ਨਹੀਂ ਆਈ। ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਜਲੰਧਰ ਵਿੱਚ ਗੈਰ ਕਾਨੂੰਨੀ ਉਸਾਰੀਆਂ ਦੇ ਖਿਲਾਫ਼ ਸਖ਼ਤ ਐਕਸ਼ਨ ਲੈਂਦੇ ਹੋਏ ਕਈ ਅਧਿਕਾਰੀਆਂ ਨੂੰ ਸਸਪੈਂਡ ਤੱਕ ਕਰ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਆਪਣੀ ਇਸ ਕਾਰਵਾਈ ਦੇ ਚੱਲਦੇ ਭਾਵੇਂ ਮੀਡੀਆ ਵਿੱਚ ਇੱਕ ਨਾਇਕ ਬਣ ਗਏ, ਪਰ ਜਲੰਧਰ ਦੇ ਵਿਧਾਇਕਾਂ ਸੁਸ਼ੀਲ ਰਿੰਕੂ ਅਤੇ ਰਜਿੰਦਰ ਬੇਰੀ ਨੇ ਸਿੱਧੂ ਦੀ ਕਾਰਵਾਈ ਖਿਲਾਫ਼ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸੇ ਨਾਰਾਜ਼ਗੀ ਦਾ ਨਤੀਜਾ ਸੀ ਕਿ ਅੱਜ ਜਦੋਂ ਸਿੱਧੂ ਦੇ ਹੁਕਮਾਂ ਤੋਂ ਬਾਅਦ ਨਿਗਮ ਟੀਮ ਕਾਰਵਾਈ ਕਰਨ ਪਹੁੰਚੀ ਤਾਂ ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਰਿੰਕੂ ਨੇ ਕਾਰਵਾਈ ਕਰਨ ਤੋਂ ਉਹਨਾਂ ਨੂੰ ਰੋਕ ਦਿੱਤਾ। ਇਸ ਦੌਰਾਨ ਵੱਡੀ ਗਿਣਤੀ 'ਚ ਕਲੋਨਾਈਜ਼ਰ ਅਤੇ ਮੁਹੱਲਾ ਨਿਵਾਸੀਆਂ ਨੇ ਰਿੰਕੂ ਨੂੰ ਗਰੀਬਾਂ ਦਾ ਮਸੀਹਾ ਕਹਿੰਦੇ ਹੋਏ ਸਿੱਧੂ ਖਿਲਾਫ਼ ਨਾਅਰੇਬਾਜ਼ੀ ਤੱਕ ਕੀਤੀ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਕੀ ਆਸ਼ਵਾਸਨ ਦਿੱਤਾ ਗਿਆ ਕਾਰਪੋਰੇਸ਼ਨ ਨੇ ਤੁਹਾਨੂੰ? ਦੇਖੋ, ਆਸ਼ਵਾਸਨ ਇਹ ਹੈ ਕਿ ਕਾਰਵਾਈ ਦੁਬਾਰਾ ਨਹੀਂ ਹੋਏਗੀ। ਇਹ ਆਸ਼ਵਾਸਨ ਜਿਹੜਾ ਮਰਜ਼ੀ ਦੇਣ, ਮੈਨੂੰ ਇਸ ਮਹਿਕਮੇ ਦੇ ਯਕੀਨ ਨਹੀਂ ਹੈ। ਜਿਸ ਤਰ੍ਹਾਂ ਦੀ ਇਹਨਾਂ ਨੇ ਕੱਲ੍ਹ ਕਾਰਵਾਈ ਕੀਤੀ ਹੈ ਜਾਂ ਜਿਸ ਤਰੀਕੇ ਦੀ ਅੱਜ ਕਾਰਵਾਈ ਕੋਸ਼ਿਸ਼ ਕੀਤੀ ਹੈ, ਅਸੀਂ ਇਹਨਾਂ ਦੇ ਆਸ਼ਵਾਸਨਾਂ 'ਤੇ ਨਹੀਂ ਬੈਠੇ, ਪਹਿਲੀ ਗੱਲ। ਔਰ ਜੋ ਲੋਕ ਚਾਹੁੰਦੇ ਆ, ਸਰਕਾਰ ਲੋਕਾਂ ਦੀ ਹੈ, ਲੋਕਾਂ ਨੇ ਸਰਕਾਰ ਬਣਾਈ ਹੈ, ਔਰ ਜਿਹੜੀਆਂ ਫੈਸਿਲਿਟੀ ਹੈ, ਜਿਹੜੇ ਕਾਨੂੰਨ ਹੈ, ਲੋਕਾਂ ਦੀ ਰਾਏ ਦੇ ਮੁਤਾਬਕ ਬਣਨੇ ਚਾਹੀਦੇ, ਤਾਂ ਹੀ ਜਿਹੜੇ ਹੈ ਉਹ ਕਾਨੂੰਨ ਲਾਗੂ ਹੋਣਗੇ। ਪਹਿਲਾਂ ਵੀ ਬਹੁਤ ਸਾਰੇ ਐਸੇ ਕਾਨੂੰਨ ਆ, ਪਹਿਲਾਂ ਵੀ ਬਹੁਤ ਸਾਰੀਆਂ ਐਸੀਆਂ ਪੋਲਿਸੀਆਂ ਬਣਾਈਆਂ ਗਈਆਂ ਜਿਹਨਾਂ ਦਾ ਗੈਪ ਗਰਾਸ ਰੂਟ ਤੋਂ ਚੰਡੀਗੜ੍ਹ 'ਚ ਬਹਿ ਕੇ ਬਣਾਈਆਂ ਜਾਂਦੀਆਂ, ਔਰ ਗਰਾਸ ਰੂਟ ਦੀ ਜਿਹੜੀ ਰਿਐਲਿਟੀ ਪਤਾ ਨਹੀਂ ਹੁੰਦੀ, ਔਰ ਉਹਦੇ ਨਾਲ ਸਰਕਾਰ ਦਾ ਜਿੱਥੇ ਰੈਵਿਨਿਊ ਖਰਾਬ ਹੁੰਦਾ, ਉੱਥੇ ਸਾਰਾ ਸਿਸਟਮ ਡੈਮੇਜ ਹੁੰਦਾ। ਔਰ ਮੈਂ ਇਹ ਬੇਨਤੀ ਕਰਾਂਗਾ ਪੂਰੇ ਸਿਸਟਮ ਨੂੰ ਕਿ ਜਿਹੜੀ ਵੀ ਪੋਲਿਸੀ ਬਣਾਈ ਜਾਵੇ, ਉਹ ਜ਼ਮੀਨ ਨੂੰ ਲੈ ਕੇ ਬਣਾਈ ਜਾਵੇ, ਕਲੋਨੀ ਨੂੰ ਲੈ ਕੇ ਬਣਾਈ ਜਾਵੇ, ਰੈਗੂਲਰ ਕਰਨ ਵਾਲੀ ਬਣਾਈ ਜਾਵੇ, ਉਹ ਗਰਾਸ ਰੂਟ ਦੇ ਮੁਤਾਬਕ ਬਣਾਈ ਜਾਵੇ। ਕਿਉਂਕਿ ਹਰ ਇੱਕ ਏਰੀਏ ਦੇ ਵਿੱਚ ਲੋਕ ਮਹਿੰਗੇ ਪਲਾਟ, ਮਹਿੰਗੇ ਮਕਾਨ ਨਹੀਂ ਲੈ ਸਕਦੇ। ਮੇਰਾ ਜਿਹੜਾ ਹਲਕਾ ਜਲੰਧਰ ਵੈਸਟ ਸਲੰਮ ਆਬਾਦੀ ਹੈ, ਗਰੀਬ ਲੋਕ ਰਹਿੰਦੇ ਆ, ਦੋ ਦੋ ਢਾਈ ਢਾਈ ਤਿੰਨ ਤਿੰਨ ਮਰਲੇ ਦੇ ਮਕਾਨ ਹੈ, ਔਰ ਜਿਹੜੀਆਂ ਸਾਡੀਆਂ ਪੋਲਿਸੀਆਂ ਉਹਨਾਂ ਦੇ ਮੁਤਾਬਕ ਨਹੀਂ ਆ। ਇਹਨਾਂ ਨੂੰ ਮਤਲਬ ਜਿਹੜੀ ਪੋਲਿਸੀ ਹੈ ਨਵੀਂ ਡਿਜ਼ਾਈਨ ਕਰਨੀ ਪਏਗੀ ਇਹਨਾਂ ਲੋਕਾਂ ਦੇ ਲਈ। ਔਰ ਸਾਰੇ ਲੋਕ ਪੈਸੇ ਜਮ੍ਹਾਂ ਕਰਵਾਉਣ ਲਈ ਤਿਆਰ ਹੈ, ਕੋਈ ਵੀ ਐਸਾ ਚੋਰ ਉਚੱਕਾ ਜਾਂ ਐਸਾ ਬੰਦਾ ਨਹੀਂ ਹੈ ਮੇਰੇ ਇਲਾਕੇ ਦੇ ਵਿੱਚ ਕਿ ਜਿਹਦੇ ਮਨ ਦੇ ਵਿੱਚ ਸਰਕਾਰ ਨੂੰ ਚੂਨਾ ਲਾਉਣ ਦਾ ਕੋਈ ਐਸਾ ਖਿਆਲ ਹੋਵੇ। ਬਸ਼ਰਤਾ ਕਿ ਸਰਕਾਰ ਆਪਣੀ ਜਿਹੜੀ ਹੈ ਪੋਲਿਸੀ ਸਹੀ ਕਰੇ ਔਰ ਲੋਕਾਂ ਨੂੰ ਪੈਸੇ। ਹੁਣ ਕੀ ਆਸ਼ਵਾਸਨ ਮਿਲਿਆ ਸਰ, ਕੀ ਆਸ਼ਵਾਸਨ ਮਿਲਿਆ? ਕੱਲ੍ਹ ਸਿੱਧੂ ਨੇ ਸਾਰੀ ਕਾਰਵਾਈ ਕੀਤੀ ਹੈ ਔਰ ਜੋ ਕਾਰਵਾਈ ਹੋਈ ਹੈ ਪੂਰੇ ਜਲੰਧਰ ਦੇ ਲੈਵਲ 'ਤੇ, ਤੁਸੀਂ ਉਹਨੂੰ ਸਹੀ ਡਰਾਉਂਦੇ ਕੋ ਗਲਤ ਡਰਾਉਂਦੇ? ਦੇਖੋ, ਗੱਲ ਹੈ ਕਿ ਅੱਜ ਜਲੰਧਰ ਦੇ ਵਿੱਚ ਤਰਾਹੀ ਤਰਾਹੀ ਮੱਚੀ ਹੈ ਕੱਲ੍ਹ ਦੀ ਕਾਰਵਾਈ ਤੋਂ ਬਾਅਦ, ਔਰ ਮੈਂ ਸਮਝਦਾ ਕਿ ਸਰਕਾਰ ਜਿੰਨੀ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ਼ ਹੈ ਕੱਲ੍ਹ ਦੀ ਕਾਰਵਾਈ ਨੂੰ ਲੈ ਕੇ, ਇਹ ਜਿਹੜਾ ਰੋਸ਼ ਹੈ ਸਾਰਾ ਕੈਪਟਨ ਸਾਹਿਬ ਦੇ ਧਿਆਨ ਦੇ ਵਿੱਚ ਅਸੀਂ ਲਿਆਵਾਂਗੇ। ਔਰ
ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਲੋਕ ਪੱਕੀ ਫੈਸਲੇ ਕਰਦੇ ਆ ਔਰ ਕਿਸੇ ਨੂੰ ਵੀ ਕਾਂਗਰਸ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਕਾਂਗਰਸ ਪਾਰਟੀ ਦਾ ਜਿਹੜਾ ਕੈਡਰ ਹੈ ਉਹਨੂੰ ਧਵਸਤ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ। ਕੱਲ੍ਹ ਮੈਨੂੰ ਕੱਲ੍ਹ ਕਿਸੇ ਕਾਰਵਾਈ ਦਾ ਪਤਾ ਨਹੀਂ ਸੀ, ਨਾ ਮੈਨੂੰ ਇਹਦੇ ਬਾਰੇ ਪਤਾ ਸੀ ਔਰ ਜੇ ਮੈਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਹੋ ਸਕਦਾ ਮੈਂ ਕੱਲ੍ਹ ਸੀਐਮ ਸਾਹਿਬ ਵਾਲੀ ਜਿਹੜਾ ਜਲਸਾ ਸੀ ਉਹ ਛੱਡ ਕੇ ਉਸੇ ਵੇਲੇ ਆ ਕੇ ਸੀ ਮੌਕੇ ਦੇ ਉੱਤੇ ਸਿੱਧੂ ਸਾਹਿਬ ਨਾਲ ਇਹਦੇ ਬਾਰੇ ਗੱਲ। ਰਿੰਕੂ ਜੀ ਤੁਹਾਡੇ ਕਹਿਣ ਦਾ ਮਤਲਬ ਕੈਪਟਨ ਸਾਹਿਬ ਦੀ ਨੌਲੇਜ 'ਚ ਨਹੀਂ ਹੈ ਕਿਹੜਾ ਸਿੱਧੂ ਸਾਹਿਬ ਨੇ ਕੀਤਾ ਹੈਗਾ? ਬਿਲਕੁਲ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆ ਔਰ ਹੁਣੇ ਹੁਣੇ ਮੈਨੂੰ ਪਤਾ ਲੱਗਾ ਕਿ ਸਾਡੇ ਜਲੰਧਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਜੀ ਦੀ ਹੁਣੇ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਔਰ ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਉਹਨਾਂ ਦੇ ਸੀਐਮ ਸਾਹਿਬ ਨੂੰ ਕਿਸ ਲੈਵਲ 'ਤੇ ਔਰ ਕੀ ਗੱਲ ਹੋਈ ਹੈ ਤੁਸੀਂ ਉਹਨਾਂ ਦਾ ਪੁੱਛਣਾ ਸੀ। ਵਧੀਆ ਸਕੀਮਾਂ ਦੇ ਦਈਏ ਜਿਹਦੇ ਵਿੱਚ ਲੋਕ ਆਪਣੇ ਛੋਟੇ ਛੋਟੇ ਮਕਾਨ ਬਣਾ ਸਕਣ, ਕਿਉਂਕਿ ਖਾਸ ਕਰਕੇ ਜਿਹੜਾ ਮੇਰਾ ਹਲਕਾ ਉੱਥੇ 2.5-3 ਮਰਲੇ ਤੋਂ ਵੱਧ ਮਕਾਨ ਬਣ ਜਾਂਦੇ ਨੇ ਔਰ ਪਿਛਲੇ ਮੇਰਾ ਖਿਆਲ ਹੈ ਕਿ ਬਹੁਤ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਪਾਪੂਲੇਸ਼ਨ ਡੇ ਬਾਏ ਡੇ ਵੱਧ ਰਹੀ ਹੈ ਕਿਸੇ ਵੀ ਸਰਕਾਰੀ ਏਜੰਸੀ ਵੱਲੋਂ ਚਾਹੇ ਬੁੱਢਾ ਲਾ ਲਓ, ਇੰਪਰੂਵਮੈਂਟ ਟਰੱਸਟ ਲਾ ਲਓ ਜਾਂ ਕਿਸੇ ਹੋਰ ਹਾਊਸਿੰਗ ਕੰਪਨੀ ਵੱਲੋਂ ਕਿਸੇ ਤਰ੍ਹਾਂ ਦਾ ਵੀ ਇੱਕ ਸਿੰਗਲ ਮਕਾਨ ਨਹੀਂ ਬਣਾਇਆ ਗਿਆ। ਲੋਕਾਂ ਨੂੰ ਮਕਾਨਾਂ ਦੀ ਲੋੜ ਹੈ, ਸਰਕਾਰ ਮਕਾਨ ਬਣਾਵੇ ਨਾ, ਲੋਕਾਂ ਨੂੰ ਪੋਲਿਸੀ ਦੇਵੇ ਨਾ ਔਰ ਜੇ ਪ੍ਰਾਈਵੇਟ ਲੋਕ ਆਪਣੇ ਮਕਾਨ ਖੜ੍ਹੇ ਕਰਦੇ ਆ ਤਾਂ ਉਹਨਾਂ ਨੂੰ ਤਾਣੇ ਕਰਨ ਦੀ ਜਿਹੜੀ ਨਵੀਂ ਪੋਲਿਸੀ ਸ਼ੁਰੂ ਹੋਈ ਹੈ ਇਹ ਬਿਲਕੁਲ ਨਹੀਂ ਹੁੰਦੇ ਆਂਗੇ, ਕਿਸੇ ਦਾ ਵੀ ਡੈਮੋਲੇਸ਼ਨ ਨਹੀਂ ਹੁੰਦੇ ਆਂਗੇ। ਲੋਕ ਪੈਸੇ ਦੇਣ ਲਈ ਤਿਆਰ ਹੈ, ਸਰਕਾਰ ਪੈਸੇ ਲੈਣ ਦਾ ਪ੍ਰਬੰਧ ਕਰੇ ਔਰ ਇਸ ਕਰਕੇ ਅੱਜ ਇਹ ਕਾਰਵਾਈ ਨੂੰ ਰੋਕਣ ਲਈ ਮੈਂ ਆਪਣੇ ਲੋਕਾਂ ਦੇ ਨਾਲ ਆਪਣੇ ਹਲਕੇ ਦੇ ਨਾਲ। ਅੱਛਾ ਸਰ, ਸਿੱਧੂ ਸਾਹਿਬ ਤਾਂ ਕਹਿੰਦੇ ਨੇ ਅਵੈਧ ਤਰੀਕੇ ਨਾਲ ਬਣਿਆ, ਕੋਈ ਪੈਸਾ ਨਹੀਂ ਦਿੱਤਾ ਗਿਆ, ਤੁਹਾਡੇ ਅਵੈਧ ਤਰੀਕੇ ਦੇ ਨਾਲ ਇਹ ਜਿਹੜੀ ਕਾਰਵਾਈ ਹੈ ਇਹ ਗਰੀਬਾਂ ਦੇ ਉੱਤੇ ਕਰਨੀ ਹੈ ਆਪਾਂ? ਸਿੱਧੂ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਪਿਛਲੇ 1.25 ਸਾਲ ਤੋਂ ਤੁਸੀਂ ਲਗਾਤਾਰ ਕਿੰਨੀਆਂ ਡੀਲਾਂ ਮਾਰ ਰਹੇ ਹੋ ਔਰ ਕਿੰਨਾ ਤੁਸੀਂ ਕਹਿ ਰਹੇ ਹੋ ਕਿ ਨਗਰ ਨਿਗਮ ਦੇ ਵਿੱਚ ਅਸੀਂ ਕੰਪਿਊਟਰਾਈਜ਼ ਕਰ ਦਾਂਗੇ, ਨਕਸ਼ੇ ਜਿਹੜੇ ਆ ਤੁਹਾਡੇ ਘਰ ਬੈਠੇ ਪਾਸ ਹੋਣਗੇ, ਈ ਗਵਰਨੈਂਸ ਦੇਵਾਂਗੇ, ਪੋਲਸੀਆਂ ਦੇਵਾਂਗੇ, OTS ਦੇਵਾਂਗੇ, ਕੀ ਦਿੱਤਾ ਹਜੇ ਤੱਕ ਲੋਕਾਂ ਨੂੰ? ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਔਰ ਤੁਸੀਂ ਦੇਖੋ ਜਿਹੜੀਆਂ ਸੜਕਾਂ ਤੋਂ ਸਿੱਧੂ ਸਾਹਿਬ ਚੱਲ ਕੇ ਇਹਨਾਂ ਕਲੋਨੀਆਂ ਦੇ ਵਿੱਚ ਗਏ ਆ ਟੋਏ ਪਏ ਆ, ਲੋਕ ਇੱਥੋਂ ਚੱਲ ਨਹੀਂ ਸਕਦੇ, ਸੜਕਾਂ ਅਸੀਂ ਬਣਾ ਨਹੀਂ ਸਕਦੇ, ਕਾਰਪੋਰੇਸ਼ਨਾਂ 'ਚ ਅਸੀਂ ਤਨਖਾਹਾਂ ਦੇਣ ਲਈ ਸਾਡੇ ਕੋਲ ਪੈਸੇ ਨਹੀਂ, ਕੂੜਾ ਚੱਕਣ ਲਈ ਸਾਡੇ ਕੋਲ ਗੱਡੀਆਂ 'ਚ ਪਾਉਣ ਲਈ ਤੇਲ ਨਹੀਂ ਔਰ ਅਸੀਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਕਰ ਲਈਏ, ਲੋਕਾਂ ਨੂੰ ਪੀਣ ਵਾਲਾ ਪਾਣੀ ਸਾਰੀਆਂ ਸਹੂਲਤਾਂ ਦਈਏ, ਲੋਕ ਪੈਸੇ ਦੇਣ ਲਈ ਤਿਆਰ ਆ, ਅਸੀਂ ਫੈਸਿਲੀਟੇਟ ਕਰੀਏ, ਅਸੀਂ ਸਕੀਮ ਬਣਾਈਏ ਕਿ ਕਿਸ ਤਰ੍ਹਾਂ ਪੈਸੇ ਲੈਣੇ ਕਿਸ ਤਰ੍ਹਾਂ ਦੇ ਔਰ ਇਸ ਤਰ੍ਹਾਂ ਦੀ ਮਨ ਮਰਜ਼ੀ ਵਾਲੀ ਕਾਰਵਾਈ ਹੈ ਇਹ, ਜਿਹੜੀ ਮੈਂ ਤਾਂ ਆਪਣੇ ਹਲਕੇ 'ਚ ਨਹੀਂ ਹੁੰਦੇ। ਅਤੇ ਇਸ ਤੋਂ ਇਲਾਵਾ ਫਰੀਊ ਮਾਸਟਰ ਜੇ ਕੁਛ ਇੱਦਾਂ ਦੇ ਵੱਡੇ, ਮੈਂ ਉਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਗਰੀਬ ਲੋਕ ਆ, ਇੱਥੇ ਛੋਟੇ ਛੋਟੇ ਮਕਾਨਾਂ ਦਾ ਮਸਲਾ, ਇਹਨਾਂ ਨੂੰ ਮੈਂ ਤੰਗ ਨਹੀਂ ਹੋ ਦੇਣਾ, ਮੈਂ ਇਹਨਾਂ ਦੇ ਨਾਲ ਖੜਾ ਚਾਹੇ ਮੈਨੂੰ ਆਪਣੀ ਸਰਕਾਰ ਦੇ ਖਿਲਾਫ ਜਾਣਾ ਪਵੇ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD News, हक सच और इंसाफ की आवाज़ आपको रखे सबसे आगे।